कांग्रेस के सबका मंत्री ते मौजूदा चेयरमैन जोगिंदर सिंह मान ते फगवाड़े दे विच नवे नियुक्त किए गए वीडियो सुखदेव सिंह दे दरमियान गलबात हुई, वह गलबात वायरल हो गई। वायरल क्यों हुई? क्योंकि उस गलबात दे विच गल्लां घट ते गालां ज़्यादा सीगियां। जो इस सारे मामले की घोख पड़ताल करने लई असी बकायदा गलबात की, वीडियो सुखदेव सिंह नाल जोगिंदर सिंह मान होरां नाल गलबात की, तो इस मामले दे जिथे इस पहलू ते विस्तारित जानकारी मिली उत्थे होर बहुत सारे नुक्ते इस सारे घटनाक्रम दे निकल के बाहर आ गए, जिहड़े तुहानू इस खबर या इस वीडियो दे राही तुहानू असी दिखावांगे। सब तो पहला उस ऑडियो नू तुहानू सुना दिंदे आ जिस ऑडियो तो यह सारा विवाद उठाया है। हेलो, हाँ जी, हाँ जी सर, करियो साहब नाल गल करियो। कौन बोल रहे? वीडियो बोल रहा है जोगिंदर सिंह मान। तेन नहीं पता मैं कौन है? मेरे स्टेशन नहीं पता तेन? ਮੈਂ ਕੀ ਕੀਤਾ ਜੀ? ਮੈਨੂੰ ਨਹੀਂ ਪਤਾ ਸੀਗਾ ਮਾਨ ਕੌਣ ਹੈ। ਮਾਨ ਹੋਊਗਾ ਤੂੰ ਆਪਣੇ ਘਰ ਹੋਊਗਾ, ਚੱਤਰ ਮਾਰੂਗਾ। ਇਸ ਆਡੀਓ ਦੇ ਵਾਇਰਲ ਹੋਣ ਤੋਂ ਬਾਅਦ ਬਕਾਇਦਾ ਸੁਖਦੇਵ ਸਿੰਘ ਜਿਹੜੇ ਵੀਡੀਓ ਨੇ ਜਿਨ੍ਹਾਂ ਦੇ ਨਾਲ ਇਹ ਸਾਰਾ ਕੁਝ ਵਾਪਰਿਆ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ। ਫਗਵਾੜੇ ਦੇ ਵਿੱਚ ਨਵੇਂ ਨਿਯੁਕਤ ਕੀਤੇ ਗਏ ਵੀਡੀਓ ਦੇ ਨਾਲ ਜਿਸ ਤਰੀਕੇ ਦੀ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ, ਜਿਸ ਤਰੀਕੇ ਦੀਆਂ ਸਥਿਤੀਆਂ ਬਣੀਆਂ, ਉਸ ਸਾਰੇ ਦੇ ਉੱਤੇ ਝਾਤ ਪਾਉਂਦਿਆਂ ਅਸੀਂ ਇਸ ਵੇਲੇ ਵੀਡੀਓ ਸੁਖਦੇਵ ਸਿੰਘ ਹੋਰਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੁਖਦੇਵ ਸਿੰਘ ਜੀ, ਜਦੋਂ ਵੀ ਤੁਸੀਂ ਕਿਤੇ ਅਪੁਆਇੰਟ ਹੁੰਦੇ, ਤੁਹਾਡੀਆਂ ਬਦਲੀਆਂ ਹੁੰਦੀਆਂ ਰਹਿੰਦੀਆਂ, ਇੱਕ ਹਲਕੇ 'ਚੋਂ ਦੂਜੇ, ਤੀਜੇ, ਚੌਥੇ ਚੱਲਦੀਆਂ ਰਹਿੰਦੀਆਂ, ਲੰਬਾ ਸਿਲਸਿਲਾ ਤੁਹਾਡਾ, ਲੰਬਾ ਤਜ਼ਰਬਾ ਹੋ ਗਿਆ, ਪਹਿਲਾਂ ਵੀ ਕਦੀ ਇਸ ਤਰੀਕੇ ਨਾਲ ਹੋਇਆ ਜੋ ਕੁਝ ਹੁਣ ਵਾਪਰਿਆ, ਜੋ ਕੁਝ ਫਗਵਾੜੇ ਦੇ ਵਿੱਚ ਅਪੁਆਇੰਟ ਹੁੰਦੇ ਹੀ ਤੁਹਾਡੇ ਨਾਲ ਜਿੱਦਾਂ ਦੀ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ? ਨਹੀਂ, ਮੈਂ ਮੇਰੀਆਂ ਥੋੜ੍ਹੇ ਸਮੇਂ ਤੋਂ 5-4 ਵਾਰੀ ਬਦਲੀ ਹੋ ਚੁੱਕੀ ਹੈ, ਬਟ ਮੈਨੂੰ ਇਹੋ ਜਿਹੀ ਸਥਿਤੀ ਦਾ ਕਦੀ ਫੇਸ ਨਹੀਂ ਕਰਨਾ ਪਿਆ। ਕਿਉਂਕਿ ਪੰਜਾਬੀ ਦੀ ਇੱਕ ਕਹਾਵਤ ਆ, ਪ੍ਰਾਹੁਣਚਾਰੀ। ਪ੍ਰਾਹੁਣਚਾਰੀ ਦਾ ਮਤਲਬ ਕੀ ਹੁੰਦਾ? ਤੁਸੀਂ ਜੀ ਕਹੋ ਜੀ ਕਹਾਓ। ਪ੍ਰਾਹੁਣਚਾਰੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਪ੍ਰਾਹੁਣੇ ਬਣ ਕੇ ਜਾਣਾ, ਉਹਦਾ ਮਤਲਬ ਹੁੰਦਾ ਕਿ ਤੁਸੀਂ ਜੀ ਕਹੋ ਜੀ ਕਹਾਓ। ਔਰ ਕਿਤੇ ਵੀ ਆਪਾਂ ਐਜ ਏ ਇੱਕ ਐਜ ਏ ਔਫੀਸਰ ਨਹੀਂ, ਪਰਿਵਾਰਕ ਰਿਸ਼ਤੇਦਾਰ ਵੀ ਅਸੀਂ ਜਾਵਾਂਗੇ, ਉਹਨਾਂ ਵੀ ਗੱਲ ਕਰਾਂਗੇ ਨਾ, ਜਦੋਂ ਅਸੀਂ ਕਰੂੜ ਦਿਲ ਨਾਲ ਗੱਲ ਕਰਾਂਗੇ ਤਾਂ ਉਹ ਇੱਕ ਨਫ਼ਰਤ ਜਿਹੀ ਬਣ ਜਾਂਦੀ ਆ, ਠੀਕ ਨਾ? ਜਦੋਂ ਅਸੀਂ ਜਿਹੜੀ ਸੌਫਟ ਲੈਂਗੁਏਜ ਗੱਲ ਕਰਾਂਗੇ ਉਹ ਇੱਕ ਪਿਆਰ ਦੀ ਭਾਵਨਾ ਬਣ ਜਾਂਦੀ ਆ। ਮੈਂ ਮੇਰਾ ਆਪਣਾ ਜੋਬ ਦਾ ਤਜਰਬਾ ਆ, ਕਈ ਵਾਰੀ ਮੈਨੂੰ ਇਹਦੀਆਂ ਮੁਸ਼ਕਲਾਂ ਵੀ ਫੇਸ ਕਰਨੀਆਂ ਪੈ ਗਈਆਂ। ਮੈਂ ਫਸਟ ਟਾਈਮ ਜੁਆਇਨ ਕਰਦਾ ਹੁੰਦਾ ਹਮੇਸ਼ਾ 4 ਵਜੇ, ਜਿਸ ਦਿਨ ਵੀ ਮੈਂ ਜਿਸ ਬਲੋਕ 'ਚ ਜੁਆਇਨ ਕਰਦਾ, ਮੇਰਾ ਮਤਲਬ ਕਿ ਇਹ ਅੱਜ ਨਹੀਂ, ਜਿੰਨੀਆਂ ਵੀ ਮੇਰੀਆਂ ਜੁਆਇਨਿੰਗ ਆ ਆਫਟਰਨੂਨ ਦੀਆਂ ਹੈਗੀਆਂ, ਨੀਅਰ ਅਬਾਊਟ 4 ਤੋਂ 4:15 ਦੇ ਵਿੱਚ। ਉਹਦਾ ਕਾਰਨ ਇਹ ਹੁੰਦਾ ਸ਼ਾਮ ਨੂੰ ਜੁਆਇਨ ਕਰਨਾ, ਕੁਛ ਆਪਣੇ ਰਿਸ਼ਤੇਦਾਰ, ਕੁਛ ਪਰਿਵਾਰਕ ਮੈਂਬਰ ਜਾਂ ਕੋਈ ਆਪਣੇ ਨੀਅਰ ਡੀਅਰ ਨਾਲ ਆਏ ਹੁੰਦੇ ਆ, ਫਿਰ ਅਸੀਂ ਇਕੱਠੇ ਜਾ ਕੇ ਚੱਲ ਜਾ ਸਕਦੇ ਹਾਂ, ਠੀਕ ਨਹੀਂ? ਐਜ ਇਟ ਜੀ ਉਸ ਦਿਨ ਵੀ ਮੈਂ ਜੁਆਇਨ ਕੀਤਾ, ਕੋਈ 4:30 ਵਜੇ ਦਾ ਟਾਈਮ, 4 ਵਜੇ ਮੈਂ ਅਸੀਂ 4:30 ਜੁਆਇਨ ਕਰਕੇ, ਸਟਾਫ ਦੇ 2-3 ਬੰਦੇ ਸੀ, ਅਸੀਂ ਚਾਹ ਦਾ ਕੱਪ ਪੀਤਾ ਅਤੇ ਮੈਂ ਚਲ ਗਿਆ। 15 ਤਰੀਕ ਦੀ ਗੱਲ ਹੈ, 16 ਤਰੀਕ ਨੂੰ ਮੈਂ ਆਪਣੇ ਸੁਪਰਡੈਂਟ ਨੂੰ ਕਹਿ ਗਿਆ ਕਿ ਮੈਂ ਸਟਾਫ ਨੂੰ ਕੱਲ੍ਹ ਕਾਲ ਕਰ, ਮੈਂ ਉਹਨਾਂ ਨਾਲ ਇੰਟਰੋਡਕਸ਼ਨ ਕਰਨੀ ਆ, ਕਿਉਂਕਿ ਪਹਿਲਾਂ ਮੈਨੂੰ ਸਟਾਫ ਬਾਰੇ ਨੌਲੇਜ ਹੋਣੀ ਚਾਹੀਦੀ ਹੈ, ਸਾਰੇ ਆਪਾਂ ਸਵੇਰੇ ਡਿਸਕਸ਼ਨ ਕਰਾਂਗੇ ਇਸ ਮਾਮਲੇ ਦੇ ਉੱਤੇ। ਸਵੇਰੇ ਮੈਂ ਰੂਟੀਨ ਦੇ ਐਜ ਆਫਿਸ ਟਾਈਮ ਦੇ ਵਿੱਚ ਆਣ ਕੇ ਪਹੁੰਚਣ ਤੋਂ ਬਾਅਦ ਸਟਾਫ ਨਾਲ ਡਿਸਕਸ਼ਨ ਕੀਤੀ, ਇੱਥੇ ਕਿਹੜੀ ਪੋਸਟ ਖਾਲੀ ਆ, ਕਿਹੜੀ ਭਰੀ ਆ, ਜਿਹੜੇ ਹੈਗੇ ਉਹਨਾਂ ਦੇ ਕੀ ਨਾਮ ਆ, ਹਾਲਾਂਕਿ ਨੰਬਰ ਮੈਂ ਬਾਅਦ ਵਿੱਚ ਲਏ, ਕਿਉਂਕਿ ਨੈਚੁਰਲੀ ਹੈ ਕਿ ਅਸੀਂ ਜਿਸ ਦਿਨ ਚਾਰਜ ਸੰਭਾਲ ਲਏ ਉਸ ਦਿਨ ਤੁਹਾਡੀ ਰਿਸਪੋਂਸੀਬਿਲਟੀ ਸ਼ੁਰੂ ਹੋ ਗਈ, ਲੋਕਾਂ ਨੇ ਸਾਡੇ ਕੋਲ ਕੰਮਾਂ ਲਈ ਆਉਣਾ ਸ਼ੁਰੂ ਹੋਣਾ ਨਾ, ਫਿਰ ਉਹ ਕੰਮ ਦੇਣ ਲਈ ਜਵਾਬ ਤਾਂ ਸਾਨੂੰ ਪੋਜ਼ੀਟਿਵ ਨੈਗੇਟਿਵ ਜੋ ਵੀ ਦੇਣਾ ਪੈਣਾ। ਉਹ ਮੈਂ ਸਟਾਫ ਨਾਲ ਇੰਟਰੋਡਕਸ਼ਨ ਕਰ ਰਿਹਾ ਸੀ, ਇਹਦਾ ਮੇਨ ਟਾਈਮ ਮੈਨੂੰ ਕੋਈ ਨੀਅਰ ਅਬਾਊਟ 10:30 ਵਜੇ ਦੇ ਆਲੇ ਦੁਆਲੇ ਟਾਈਮ ਜਵਾਨੀ ਜਵਾਨੀ ਮਤਲਬ ਕਿ ਹੁੰਦਾ, ਮੈਨੂੰ ਫੋਨ ਆਇਆ ਬਈ ਮਾਨ ਸਾਹਿਬ ਦੇ ਪੀਏ ਦਾ, ਉਹ ਡਿਸਕਨੈਕਟ ਹੁੰਦਾ ਸੀ ਫੋਨ, ਉਹ 2 ਵਾਰੀ ਫੋਨ ਆਇਆ, ਮੈਂ ਉਹਨੂੰ ਕਿਹਾ ਭਾਅ ਜੀ ਤੁਹਾਡਾ ਫੋਨ ਡਿਸਕਨੈਕਟ ਹੁੰਦਾ, ਤੁਸੀਂ ਮੈਨੂੰ ਕੱਟ ਕੇ ਦੁਬਾਰਾ ਕਾਲ ਕਰੋ। ਉਹਨੇ ਕੀਤਾ, ਕਹਿੰਦਾ ਜੀ ਮੈਂ ਰਵਿੰਦਰ ਬੋਲਦਾ ਮਾਨ ਸਾਹਿਬ ਦਾ ਪੀਏ, ਮਾਨ ਸਾਹਿਬ ਨਾਲ ਗੱਲ ਕਰੋ। ਉਹਨੇ ਨਹੀਂ ਜੋਗਿੰਦਰ ਸਿੰਘ ਮਾਨ ਕੁਛ ਨਹੀਂ ਨਾ ਬੋਲਿਆ, ਅਤੇ
मैं गल की उन्हें एक पिंड विषय से मेरे गल की मैं उन्होंने सिंपल गल की मैं अज चार्ज संभालिया गा मैं फाइल की स्टडी कर लो वो जो लीगल प्रोसीडिंग होगी वो मैं करागा जिनी हूँ तुम गल दस दे पाया तुम्हें यह भी दसिया कि सिलसिला किदा का होंगे किदा तुम ज्वाइनिंग जाके करते हो एक बेहतर गल है कि जो शाम को ज्वाइनिंग करते हो तो दूजे दिन फ्रैश माइंड काम शुरू कर सकते हो क्योंकि जिदन नहीं तो ज्वाइनिंग करते उदन सारी दड़ी आओ चलाई का काम चलता रहा हूँ जी गल की गल तो हुई शुरू काम के बारे गल हो पिंड के बारे गल हो पर स्थितियां कि बनिया जो सारा कुछ गाली गलोच तक गल पहुँच गई उ मैं उत्थे आना क्योंकि वो जो मैं फोन उन्हें किया उस फाइल उत्ते डिस्कशन हुई उन्हें बहुत गुड बिहेवियर के नाम मेरे गल की मैं नहीं कहूँगा कि उन्हें माड़ी बिहेवियर गल की उन्हें कहा भी वीडियो साहब तुम फाइल में चंगी तरह पढ़ो एक दिन पढ़ो दो दिन पढ़ो तो पॉजिटिवली काम करना मैं उन्हें फिर क्या मैं सर जो भी लीगल ओपीनियन बनती होगी मैं वो करा जे कोई कमी पेशी होगी उन्हें मुकम्मल कर लाँगा कहते दैट्स ओके फोन उन्हें कर दिता मैं स्टाफ का इंट्रोडक्शन करते उन्हें पूछे भी ये मान साहब कौन है भी मेरे फोन के उत्ते जे एस मान ना का नंबर आया भी ये पी ए कौन आ तो उन्हें मैंने दसिया भी सबक एम एल ए है कि एम एस एम एल ए सब तो पहला ये हल्का इंचार्ज सके चलो नॉर्मल गल हुई आप उसी पोजिशन से तुम कौन आड़े को किनिया पंचायत आड़ी कि पेंडेंसी आ कि काम की होंगी रही मेरी दो घंटे की वह स्टाफ ना डिस्कशन हुई उन्होंने मैं कहता से अगली मीटिंग मैं जी करा विद डिटेल ऑफ वर्कस कराँगा ता कि मैं पूरे ब्लॉक की नॉलेज हो जाए जो मैं अच्छ करना चाहता कि परंतु हो ही नहीं है हो सकता उन्होंने कल रखनी पवे क्योंकि मैं भी डीसी साहब जवाब देना ना हर गल का क्योंकि मैं ये तो कह नहीं सकता जी मैं नवा आया चाहे होंगी है क्योंकि डीसी साहब ने जो मेरे डिटेल वर्क्स के उत्ते मीटिंग करनी है तो मैं प्रोपर उन्होंने दसना पेगा ना वो तो ही दसूंगा जो मैं थल हाँ जो मैं थले जो मैं ग्रास रूट के उत्ते सारी नॉलेज ले लाँगा सो वो स्टाफ के बंदे ने किसी ने किन नहीं किया मिसगाइड करता उन्होंने क्योंकि मैं उन्होंने ये दस बैठा स्टाफ न कि मेरे एम एल ए साहब दस्ती ऑर्डर करा लिया उस बंदे ने की उन्होंने किया कि नहीं किया जो क्या तू जे एस मान कौन हैगा उन पुछते वेरीफिकेशन करते क्योंकि जी चीज़ मैंने नहीं पता वो मैं तो मैं कह नहीं सकता परंतु उन्होंने मैं मुड़ के सवा ढाई बजे नियर अबाउट फोन आ गया उस वे मैं अंदर बैठा सी समिति के चेयरमैन साहब साढ़े जोड़े से अपने विद समिति मैंबर के नाल मैनू वेलकम करना आए थे वो अजे बाहर ही गए इनका मेन टाइम फोन आ गया मैं कल्ले से अंदर उस वेले ना मेरे को एक स्टाफ का बंदा बैठा है तो वो जी लैंग्वेज शुरू हुई है सीधी डायरेक्ट उतो शुरू हो गई वो तुम क्लिप के उत्ते सुनी ली है ठीक नहीं मैं यही कहा जी मैनू नहीं पता इस एरिए मैं इतने के बंद का नहीं पता मैं ये तो चलो नहीं मैं सीधा क्या मैं नहीं पता मान साहब कौ मान कौन है ना जे मैं पूछ लिया तो मैं गुनाह कर दिता जिहड़ा बंदा मैं फोन करके आ रहा फलाना काम है इट मीन कि लीडर जां ऑफिसर दो ही हो सकता नॉर्मल बंदा भी हो सकता ठीक नहीं नॉर्मल बंदा भी कम कर सकता असं वह भी कम करांगे फोन के उत्ते हाँ हाँ अगे आ गया ना वो जो पी ए हुंदा ऑफिसर का फोन जो आता वो डायरैक्ट करते अपने पी ए राही कॉल मिला देंगे ठीक है जो पी ए बोल रहा इट मीन कि कोई लीडर फोन कर रहा वो कौन लीडर हैगा वो बारे जो मैं नहीं जानकारी तो मेरा जो मेरे को स्टाफ बैठा उस बारे पूछना तो मेरा फर्ज बनता ना बस यही मैं गनाह च लै गया हो तू कौन का मतलब यह है कि तुहाडे वल्लों कोई मिसबिहेव नहीं किया गया उन्होंने नाल तुसी उन्हां नूं सीधे तौर पर नहीं पूछा कि तुसी कौन हो जां उन्होंने पीए नूं नहीं पूछा कि मान कौन ने यह तुहाडे स्टाफ के मैंबरां ने कहा कि साडे कोलों पूछा जा रहा सीगा कि जोगिंदर सिंह मान है कौन आ उह स्टाफ के मैंबरां ने तुहाडिआं ने ही उत्थे जा के कुछ हो सकता कि किसी होर अंदाज दे नाल गल कही होवे जिहदे नाल सारा कुछ होया मैं इस चीज़ नूं मान के चलदा कि मेरे कोल उस वेले स्टाफ तों इलावा होर कोई बंदा नहीं सी अंदर जो कोई होर कोई बंदा नहीं उस तो बाद समा मेरे को बंदे आए आ दो पत्रकार आए उन्हें मैंने वधिया की बैठे इंट्रोडक्शन की सारा कुछ किया वो कहते बीर साहब फिर आप मिलेंगे तुम फाइल की स्टडी कर लो थोड़ी जी ऑडियो आने वायरल की जो कुछ गलबात हुई है लग जाता सुनो देखो मैं वो मेरा फस्ट डे सगा एक मन के चलते कि इंट्रोडक्शन डे हों फस्ट डे पब्लिक का जो कोई लीडर है जो होंगे ज स्टाफ ना ना थोड़े बहुत काम की नॉलेज होंगी उस बाद फिर काम स्टार्ट हो जाता मैं बड़ा डिस्करेज हो गया उस वेले अंडरस्टूड है कि यार एक बंदा जुम्मे बैठा जुम्मेवार उद्दे बैठा आ ठीक नहीं वो चाहे माड़ा आ चाहे चंगा आ तुहानूं उहदी बैकग्राउंड का नहीं पता तुसीं पैंदी सट्टी गाला कढ़न सद्दे वो भी वो लैंगुएज जिहड़ी नहीं यूज करनी चाहिए
मैं अपने जूनियर प्रधान ने गल की, वो कहते सानू ऑडियो पाओ। मैं उन्होंने ऑडियो पाई, दूसरे दिन मैं उन्होंने डिस्कशन की, मैं क्या कहें चलो वीर साहब आप, हालांकि उस वेले जो इशू बन जाता पंजाब लैवल तो साडा सोर्स साडा डिपार्टमेंट धरने पर चल जाता, पर फिर मैं कहते भी चलो तुसी की चाहते हैं, मैं चलो छड्डो नहीं सी, उन्होंने पता बजुर्ग है, मैं जानकारी ली आ, हो सकता वो हाइपर होए हो जां उन्होंने की लग्या मेरे प्रति, क्यों नहीं इदा की शब्दाली बोली आ, जे इन फ्यूचर होएगी तो वह कहें चलो फिर असी तुहाडे नाल आ। ठीक है, नॉर्मल रूटीन चली तीन चार दिन, उन्होंने मैं मुड़ के फोन भी नहीं आया, एम तुम कह दी। ठीक नहीं, फिर हूँ उस वो जी मैं अपने तीन चार बंद जूनियर लैवल वीडियो फॉरवर्ड की, उस कि वायरल हो गई है मैं नहीं पता, क्योंकि मैं नहीं की है। तुसी नहीं की, तुहाड़ी एसोसीएशन जिथों तक पहुँची सी उन्हां दे विचों किसी ने करती, कुल मिला के बाहर आ गई है, तो लगता नहीं है कि इहो जिहियां गल्लां इदा दब के रखने की बजाय बाहर आनियां चाहीदियां, क्योंकि कई बार की हुंदा कि कई बार की हुंदा कि तुहाडे नाल अज कुछ वापरिया कल किसी होर ऑफिसर नाल भी इदा ही वापरेगा, क्योंकि एक बंदा जिहड़ा तुहाडे नाल अज मिसबिहेव किया कल तुहाडे तों बाद दूजा वीडियो आएगा उहदे नाल भी उही काम करेगा। लगता नहीं है कि जे ये चीज़ा बाहर आनगियां तो घट्टो घट इन्हां नूं भी पता लगेगा कि ये चीज़ा नहीं करनियां। मैं तां इस गल नाल बिल्कुल सहमत हैगा, जिहड़ी जिद्दां मैं तुहानूं दस्सिया भी असीं उस वेले पहलां डिसाइड कर चुके सीगे भी आपां कर लईए, क्योंकि मैंने इस एरिए नॉलेज नहीं सी, मेरे कोई बंदा वाकब नहीं सी, मेरे कोई नहीं सी वाकब, फिर मैं यही मन च फैसला किया कि आप नाम मुद्दा बनाइए, चलो एक बार होंगे जो नैक्सट टाइम हो गए जूनियर वाला मैं गल कर ली फिर आप मुद्दा बना लाँगे। ठीक नहीं, भी पैंती सट्टी फर्स्ट डे ज्वाइन कर दी, आप पैंती सत्ती मुद्दे पै जाइए ना मेरा स्टाफ वाकब। ठीक नहीं, अगलों भी नहीं पता भी बंदा किहो जिहा, मैनू भी नहीं पता मेरा स्टाफ किहो जिहा, तो चलो मैं उन्होंने जिदा कर लिया एक इस चीज़ में मैं मन के कर ली, जिदा पहले भी तुहाडे सामने कोई एंकर पूछ रहे थी भी एक बजुर्ग बंदे ने साढ़े परिवार के भी असं घर तो नहीं छड़ दें ना, तो कई बार वो कहते होंगे ना परिवार के भी उच्ची नीवी होंगी है बी साढ़े, मैं अपनी लाइफ ये दावे ना कहना असी दो भाई हैं एक भैन आ, असी तिने जने अज तक अपनी माँ प्यो अगे उच्ची आवाज़ नहीं बोले, साढ़े बच्चे ब्याह वाले आ अज ब्याह सकते हैं, मेरे बेटे ने दो बारी आई एस की इंटरव्यू लूज की आ, हूँ वो कनेडा डिप्रैशन चलिया मैंने कनेडा भेज दिता, बेटी मेरी डॉटर आ, मेरे दोनों ही जो भतीजे है अजनेर है वो भी सारे कनेडा ही आ, असी कभी सारी फैमिली कभी बजुर्गों के सामने उच्ची आवाज़ नहीं बोलती, इदा ही साढ़े बच्चे साढ़े अगे नहीं बोलते। चलो एक बजुर्ग के तौर पर उन्हें जो मैंने कर दी तो मैं उन्होंने एक कहते कौड़ा शब्द करके कर लिया। जदों ये ऑडियो वायरल हुई, जदों ये हुण विवादां च आ गया, मीडिया दे विच आ गया मसला, उस तो बाद की जोगिंदर सिंह मान होरां दा फोन आया जां उन्हां दे नज़दीकी दा किसी दा फोन आया तुहानूं? मेरी इस विषय ते फिर मुड़ के कोई गल नहीं हुई, नहीं कोई ना कोई फोन नहीं आया, क्योंकि कल शामी पे मैं घर पहुंचा ही, मैं अज चाह कॉपी पीन लगा सी वाइफ, तो कल मैं छुट्टी ते सीगा, मैं कितें काम गया सी अपना प्राइवेट, कोई साढ़े पांच बजे मेरे एक फ्रेंड का मैनूं फोन आया बई वीडियो साहब बड़ी सीडी वायरल हुई, मैं तू कित्थों सुन ली यार, वो कहता वो तो सारे घूमती पई है, मैं यार मैं तो कितने भेजी नहीं, कितों निकल गई है, कहता लो मैं तुम्हें भेजदा, उन्हें हलचल चैनल की मैंने भेजी, वो मैं तो शौक हो गया उस यार जी चीज़ मैं दबिया घुटिया यार कि बाहर निकल गई, बंदा शौक हो जाता ना। मैं एक दो बंद ने इमीजिएटली पूछा, मैं यार कोई है वो कहते लै वो तो सारे चैनल से घूमती है, मैं चाह का कप फिनिश नहीं किया हले तक, जिंदा मीन टाइम बख चैनल तो मैंने फोन आना शुरू हो गया। अच्छा, जोगिंदर सिंह मान होरी जिहड़े पंजाब एग्रो दे चेयरमैन है इस वेले, इत्थों कांग्रेस दे ही विधायक ने धालीवाल साहब, प्रशासनिक कम्मां दा उन्हां नूं भी बड़ा वड्डा तजर्बा आ, डीसी रह चुके आ ना, उन्हां नाल कोई राबता होया इस बाबत? नहीं, मेरा देखो वो करोना च पॉजिटिव होने करके ना जदों मैं फस्ट टाइम ज्वाइन करके उन्होंने कॉल की भी सर मैं चार्ज लै लिया आई मीट यू मैं तुहानूं मिलना चाहुंदा है ना, वो कहते नहीं सुखदेव मेरे बेटा पॉजिटिव आ, मैं अपने आप नूं एकांतवास किया होया, कोई प्रॉब्लम ना क्रिएट हो जाए। ठीक नहीं, तो कोई गल नहीं, आपां तूं चार्ज ले लै दैट्स ओके, काम करो आप मिलना ही आं, तो आप प्रोग्राम किस दिन बनाने आ, तो फिर मेरा उन्होंने मतलब कि नहीं गल हुई, मैं चलो जिदनों ठीक होणगे मैनूं कॉल कर लैणगे, जदनों न्यूज आ गए पॉजिटिव हो गए, फिर मैं उन्होंने उदा जरूर दस्या फोन पर बी सर बी माण इत्थे कौन है मैनूं नहीं सी पता, बट उन्हें मेरा मिसबिहेव किया, वो च देखो उन्होंने बड़ा तजर्बा है, जिदा तुम क्या डीसी रहे वो भी थले लैवल तो पीसीएस तो नॉमीनेट होकर डी बने आईएएस ना, और उन्होंने जिथे जिथे भी रहे अज भी लोग इज्जत करते हैं,
जो तुम इदा के ऑफिसर का काम करो नैचुरली ताड़ी भी उही बन जाती हैगी। तो मैंने कहते कोई गल नहीं आप बैठ के गल करा बस उन्हें इन्नी गल कह के ही मैं कहता कोई गल नहीं तू टेंशन नहीं लैनी काम कर क्योंकि उन्होंने पता सी कि मैं काम से विश्वास रखता तो आप नॉर्मल हो गए। पर कल जो वायरल हो फिर तो मैं हैरान ही रह गया कि मुंडा कि लोगों का फोन आया। मैंने लगता कभी कभी इदा भी होंगे ना कि वह गल तुहाडे दोनों दे विचकार हुई सी एक ने बुरा कह लिया दूजे ने सुन लिया जां माफ़ कर दिता जिवें तुसीं कहिंदे कि बजुर्ग भी तो बोल ही रहिंदे आ वह चीज़ा उत्थे खत्म हो गई सी। पर हुण इह जिस तरीके नाल मीडिया दे विच आ गया जिद्दां विवाद खड़ा हो गया लगता कि इस तों बाद हुण कोई होर कदम पुट्टण दी लोड़ है। मैनूं वख-वख चैनलों तों फोन आए PTC न्यूज़ तों आया ईवन दैन के कोई कनेडा च रैड इहदा चैनल हैगा उत्थों फोन आया होर इंडिया उन्हें सारे ने कोई लास्ट जो तुम क्वेश्चन उन्होंने भी क्वेश्चन शायद तेजे होंगे जो की उस PTC न्यूज़ वाले गल चल रही थी। मैं भी उन्होंने एक गल कही थी पानी च मधाणी है जिन्ना मर्जी रिड़क लो ना तो मक्खन आना ना मधाणी निकलनी ठीक है। असी इस चीज़ का इशू बना के इनू होर अगे खड़ीए दिस इज़ द वेरी रोंग। जोड़ा विवाद होया खत्म होया बजुर्ग अज भी मैं फोन कर काम कह आप काम कर तैयार बैठे हैं पर इज्जत देन तो इज्जत लैन असी तो फिर भी उन्हें मैंने गाला कटिया मैं तो फिर भी मैं तो एक फिर कहा जी मैं तो वीडियो तुम बदली करा दो मैं तो उत्थे भी लगूंगा वीडियो उत्थे भी वीडियो लगूंगा क्योंकि मैं तो चार्ज नहीं मैं फुल फ्लैज वीडियो एग्जाम पास करके वीडियो बनया ठीक नहीं तो इस करके मैं यही शब्दों की उन्होंने यूज की है वो जो फिर थोड़ा जहा फिर थोड़ी होर मिसबिहेवियर लैंगुएज यूज की होनी फिर मैं फोन कट दिता जी क्योंकि एवं मैं हाइपर हो के मैं दो चार शब्द उन्होंने गलत बोल जाता तो वो एक फिर शोभा नहीं देंगे। बिल्कुल बहुत दुरुस्त है पर सवाल उत्थे खड़ा हो जाता कि सियासी पार्टी का आगू हो जाना मंत्री हो जाना ज अपनी पार्टी की जो सरकार हैगी है तो साढ़े लीडर आप मुहारे हो जाएंगे आप हुदरे हो जाएंगे उदा की भाषा का इस्तेमाल करे अफसर के नाल जिदा की भाषा का उन्होंने इस्तेमाल नहीं करना चाहिए इतों तक कि परिवार के भी असी इदा की भाषा का इस्तेमाल नहीं कर सकते। फिलहाल सुखदेव सिंह हुरां का कहना है कि वो सिर्फ तो सिर्फ लोगों का काम करने इस अहदे ते बैठे ने उन्होंने किसी किस्म का कोई मन के द्वेष नहीं रख्या वो इस तरीके इस घटनाक्रम लेंदे कि जिमें घर के बजुर्ग ने किसी ने तत्ता ठंडा कुछ कह दिता होवे तो उन्हूं असी जर लईदा। सुखदेव सिंह जी बहुत बहुत शुक्रिया गलबात करने। थैंक यू। वीडियो ना गलबात होने तो बाद जोगिंदर सिंह मान हुणा नाल राबता बनाया गया गलबात करन दी कोशिश की गई उन्हां दा पक्ष जानन की कोशिश की पर जोगिंदर सिंह मान ने इस मुद्दे दे उत्ते एक भी शब्द बोलण तो इनकार कर दिता। वह कहिंदे मैं कुछ भी नहीं बोलना चाहुंदा जो कुछ होया वापरिया वह सब दे सामने आ जदों मौका आएगा मैं उस समय ही गल करांगा। पर इस सारे दरम्यान एक नवा नुक्ता जरूर इस घटनाक्रम च निकल के सामने आ रहा वह ये कि जिथे जिथे BDPO की तैनाती इस तो पहला हुई सी उतों के कुछ लोग कुछ तथ लैके जरूर फगवाड़े दे विच पहुँच गए जिदे विच उन्होंने ये इल्ज़ाम लाए कि BDO एक करप्ट अफसर है उहदे उत्ते बहुत सारे मामले चलते पे आ जाँच चलती पई आ कईआं दे विच जिहड़े आरोप ने वह साबित भी हो चुके आ वह किहड़े आरोप ने किहड़े आरोप साबित होए ने ते क्यों ये लोग फगवाड़े दे विच पहुँचे खास तौर पर BDO दे खिलाफ प्रैस कॉन्फ्रेंस करन दे लई वह तुहानूं सुणा दिंदे आ। ਗਰੀਬਾਂ ਦੇ ਕਿੱਦਾਂ ਗਰੰਟਾਂ ਖਾਧੀਆਂ ਮੈਂ ਉਹਦੇ ਇੱਕ ਮਿਸਾਲ ਦੇਣ ਵਾਸਤੇ ਇੱਥੇ ਆਇਆ। ਮੇਰਾ ਖਿਆਲ ਆ 20 ਤੋਂ 25 ਲੱਖ ਦੇ ਜਿਹੜੀ ਆ ਗਰੰਟਾਂ ਦੇ ਗਮਨ ਦਾ ਰੌਲਾ ਸੀ ਕਿ ਇਹ ਜਿੱਥੇ ਵੀ ਗਿਆ ਹੈਂਕੜਬਾਜੀ ਕੀਤੀ ਅਤੇ ਕਰਪਸ਼ਨ ਇਹਨਾਂ ਰੱਜ ਕੇ ਕੀਤੀ ਆ। ਮੈਂ ਸਮਝਦਾ ਕਿ ਜਮਾਨ ਸਾਹਿਬ ਨੇ ਗਾਲਾਂ ਕੱਢੀਆਂ ਉਹਨਾਂ ਦੇ ਖਿਲਾਫ਼ ਜੋ ਕਾਨੂੰਨੀ ਐਕਸ਼ਨ ਬਣਦਾ ਕਰੋ। BDO ਦੀ ਆਡੀਓ ਵਾਇਰਲ ਅਤੇ ਜੋਗਿੰਦਰ ਸਿੰਘ ਮਾਨ ਵਾਲਾ ਮਾਮਲਾ ਜਿਹੜਾ ਇੱਕ ਪਾਸੇ ਕਿਸੇ ਹੋਰ ਤਰੀਕੇ ਨਾਲ ਵਿਵਾਦ ਲੈ ਰਿਹਾ ਦੂਜੇ ਪਾਸੇ ਇਹਦੇ ਵਿੱਚੋਂ ਕੁਝ ਹੋਰ ਐਂਗਲ ਵੀ ਨਿਕਲ ਕੇ ਸਾਹਮਣੇ ਆ ਰਹੇ ਨੇ। ਇਸੇ ਸਭ ਦੇ ਦਰਮਿਆਨ ਸੋਮਨਾਥ ਹੋਰੀ ਜਿਹੜੇ ਰਿਟਾਇਰਡ DSP ਨੇ ਜਲੰਧਰ ਤੋਂ ਉਹ ਕੁਝ ਮਸਲੇ ਲੈ ਕੇ ਆਏ ਨੇ ਸੁਖਦੇਵ ਸਿੰਘ ਹੋਰਾਂ ਨਾਲ ਸੰਬੰਧਿਤ। ਕਿਹੜੇ ਮਸਲੇ ਨੇ ਕਿਵੇਂ ਤੁਹਾਨੂੰ ਲੱਗਦਾ ਕਿ ਉਹ ਜਿਹੜੀ ਆਡੀਓ ਵਾਇਰਲ ਹੋਈ ਆ ਉਸ ਆਡੀਓ ਵਾਇਰਲ ਦੇ ਹੋਣ ਦੇ ਨਾਲ ਨਾਲ ਤੁਸੀਂ ਜਿਹੜੇ ਨੁਕਤੇ ਉਠਾ ਰਹੇ ਹੋ ਉਹ ਵੀ ਸੰਬੰਧ ਰੱਖਦੇ ਆ? ਜਿਹੜੀ ਆਡੀਓ ਵਾਇਰਲ ਹੋਈ ਆ ਜੋ ਸੁਖਦੇਵ ਸਿੰਘ ਨੇ ਉਸ ਆਡੀਓ ਦੇ ਵਿੱਚ ਆਪਣੇ ਆਪ ਨੂੰ ਇਹ ਸ਼ੋਅ ਕੀਤਾ ਕਿ ਮੈਂ ਕਲਾਸ 1 ਅਫਸਰ ਹਾਂ ਮੈਂ ਇੱਥੇ ਵੀ BDO ਉੱਥੇ ਵੀ BDO ਰਹਿੰਦਾ ਪਰ ਮੈਂ ਉਸ ਦੇ ਬਾਰੇ 'ਚ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਜਿਹੜੇ ਹਲਕੇ ਦੇ ਵਿੱਚ ਇਹ ਰਿਹਾ ਉੱਥੇ ਕੀ ਗਮਨ ਕੀਤੇ ਆ
की लोगों के पैसे इन्हें हड़प्पे आ गरीबा के किदा ग्रांटा खादिया। मैं एक मिसाल देने वास्ते इतने आया कि मैं इस वेले जलंधर रहा 2015 च मैं रिटायर हो गया। साढ़े पिंड के पिंड खिचीपुर ब्लॉक आदमपुर 2008 तो 2013 तक की जी पंचायत सी उसके दरम्यान ग्रांटा बाद अकाली सरकार सी बड़िया खुलिया ग्रांटा आईया। तो उस वेले एक गरीब लोगों इंदिरा आवास योजना चली सी जिदे तहत जिन्हां मकानों दी छत्तां कच्चियां सी जिन्हां दे मकानों नूं त्रेड़ां आईयां सी उन्हां नूं रिपेयर करन लई छत्तां बदलन वास्ते हर एक नूं पैसे 35,000 15,000 25,000 दीआं किश्तां दित्तियां जांदियां सी। साढ़े पिंड के कुछ लोगों ने सब तो पहली कंप्लेंट जसवंत सिंह सानो वीर सिंह अते पंज होर बंदिया ने एफीडेविट ला के एक दरखास्त दिती डायरैक्टर पेंडू विकास ते पंचायत विभाग नूं चंडीगढ़ कि साढ़े पिंड ग्रांटा की इदा इदा दुरवरतों गमन किया हड़प कर गया कोई काम नहीं कराया सारे पैसे खर्च कर। वह जी इनकुआरी पंचायत ने पिंड वाले ने दी सी डी डी पी ओ जलंधर सिगे अवतार सिंह भुल्लर जिन्हों इनकुआरी जी मार्क हो गई डायरैक्टर अवतार सिंह भुल्लर ने साल डेढ़ साल वो दियाँ आते रहे जाते रहे बयान लिख लै अखीर वो एक चिट्ठी लिखती एक्सीएन पंचायती राज नूं कि इहदी मिहनती करो। उहदी मिहनती अज तक नहीं की किसी ने वो ठंडे वास्ते च रख ली। तो पिंड दे लोगों ने मैनू अप्रोच किया उन्हें कहा भी इदा इदा गल है साढ़े पिंड च बड़ा काम खराब हो गया साड़ी सुनवाई तो हो नहीं रही भी इहदा की करना। मैं कहा कोई नहीं चलो देखते हैं। मैं अपने वालों एक दरखास्त लिखी मैं डायरैक्टर विजिलेंस चंडीगढ़ जाके उन्होंने मिलया मैं उन्होंने दस्या भी यह गरीबा लोग कितने जाने कितने इन्हों वास्ता इन्हों की सजा आ कि इन्हों के पैसे जी वो तो खा लिया सारे आह ग्रांटा सी इस काम ने खा लिया शमशान घाटा के पैसे खा लिया तो तुम यदि इनकुआरी करो। वो इन्होंने किया जी कंप्लेंट सी डायरैक्टर पेंडू विकास में मार्क करती तो डायरैक्टर पेंडू विकास ने वो इनकुआरी जी ए डी सी डी जलंधर श्री गिरीश जयालन आई ए एस अफसर से उन्होंने इनकुआरी अफसर डिप्यूट करता उन्होंने इनकुआरी की 25/8/2017 उन्हें इनकुआरी कंप्लीट करती 16 में एप्लीकेशन मूव की 25/8/17 उन्हें इनकुआरी कंप्लीट करके डायरैक्टर भेजती। उन्होंने अपनी इनकुआरी लिखा भी इतने बहुत बड़ा फ्रॉड होया गमन होया फॉरजरी हुई आ जाली इन्हों के दस्तखत किए गए जाली बिल बना लिया जेडे पहले ने दा वो गबन सिगा कि ने दस्तखत किए थे सुखदेव सिंह होरां दी की भूमिका सी विच वो मेरा ख्याल 20 to 25 lakh के जिहड़ी ग्रांटा के गमन का रौला सी। तो सुखदेव सिंह 2008 तो 2010 तक आदमपुर ब्लॉक के वीडियो सी तो शॉर्टकट क्योंकि इनकुआरी बड़ी लंबी आ तो शॉर्टकट वीडियो का रोल यह कि इन्हें 1,72,500 रुपए के 10 चेक 6 बेनीफिशरी के नाते कटे आ उन्हां दे जिहड़े पैसे आ वह कट के जिहड़ा ब्लॉक का खाता है वो विड्रा हो चुके आ लेकिन वो पैसे उन्हां बेनीफिशरियां दे खाते विच नहीं गए क्योंकि IAY की गाइडलाइन ये गल कहिंदी आ कि जिहड़े पैसे आ उन्हां दे खातियां दे विच पाए जाणगे वो अपने खातियां च पैसे कढाउणगे और दूसरी गल जदों वो पैसे यूटिलाइज हो जाएंगे तो जूसी उन्हां दा तैयार किया जाऊगा और जदों वो पैसे तैयार करते हैं तो जिहड़े उन्हां दे मटीरियल दे बिल आ वो उन्हां तो पहलां लै जाणगे सैकंड किश्त फिर दित्ती जाणी। तुहाडे कहण दे मुताबिक जो तुसीं तथ दसदे पए जो तुसीं गल करदे पए इनकुआरी चलदी पई आ घोटाले दे दोष ने घपला किया सुखदेव सिंह होरां ने वीडियो होरां ने उहदी जांच चलदी पई आ वह सच साबित हुंदा झूठ साबित हुंदी उह बाद दीआं गल्लां ने पर इस वेले जिहड़ी इह मामला जिहड़ा ऑडियो दा मामला इहदे नाल किद्दां जुड़दा है सारा कुछ उत्थे आउण लग जी। वह जिहड़ा जी इनकुआरी आ वह चल नहीं रही वो खत्म हो गई आ जो डायरैक्टर को चल गई डायरैक्टर ने उत्थे आर्डर करता कि जिहड़े डिफाल्टर है 216 जिहड़ी हैगी आ पंचायत एक्ट 1994 दे तहत रिकवरी की जाए उन्हें सरपंच नूं नोटिस रिकवरी जारी करता। इन दी मीन टाइम जदों प्रेमा फैसी ऑफेंस मेड आउट हो गया जुर्म सामने साबित हो गया तो मैं एक कंप्लेंट SSP देहाती इनकुआरी रिपोर्ट ला के देती कि कॉगजनेबल ऑफेंस हैज़ बिन कमिटड तो FIR लॉज की जाए। मैं 154 CRPC के तहत रिक्वेस्ट करता उन्होंने वो FIR लॉज करती वो सुखदेव सिंह के खिलाफ हो गई सरपंचनी के खिलाफ हो गई पंच दे हो गई दुकानदार दे हो गई सरपंचनी के घर के खिलाफ दो बंदे अरैसट हो गया जिहड़ा सुखदेव सिंह ते सरपंचनी है 31/8 तक हाईकोर्ट चो अरैसट स्टे आ। हुण आपां आ जाइए वीडियो ते इहने की किया फिर देखो चाल बाजी इन चोर मोरी राही की किया कि जदों इनवैसट परचा दर्ज हो गया उहदी इनवैसटीगेशन होणी आ इनकुआरी कोई नहीं होणी इनकुआरी का काम मसला खत्म हो गया। इहने एक इनकुआरी जिहड़ी आ उत्तों मार करा के लैण दी डायरैक्टर दफ्तर तों उहदी इनकुआरी कौन लग डिप्यूट करता ADC नवांशहर जिहड़े कि वीडियो तो प्रमोट हो के गया जदों कि पहले इनकुआरी अफसर आ IAS दे DC लगे आ तो चल वो गल हो गई। हुण मसला यह आ कि जदों ये ऑडियो वायरल हुई आ
असी ये आडियो सुनी है। इन्हें उहदे विच कहा मैं क्लास वन अफसर, मैं ये गल कहना कि मैं किसी नूं कहांगे मैं DSP फलाना, लेकिन जेकर उहदे विच मेरे च गुण नहीं है, मेरी वर्दी दे खाखी दे उत्ते छिट्टे दे दाग लगे आ, मैं कहण दा हकदार नहीं। सानूं दुख ये इस गल ते आया, असी उहदा ये दसना चाहते हाँ कि ये जिथे भी गया हैंकड़बाजी की तो करप्शन इन्हें रज के की आदि करप्शन के साढ़े को चार्ज आ। मे तो अलावा हुशियारपुर के जो इन्होंने किया जो कारनामे किए आ वो हुशियारपुर वाले भी लैके आए हैं। जिहड़ा इन्हें ये काम किया आडियो वायरल की आ, जिहड़ा कंडक्ट एक्ट है मुलाजम का वो तहत असी वीडियो आडियो रिकॉर्ड करके वायरल नहीं कर सकते। ये एक्ट के गल लिखी आ ਬਈ ਉਹਨੂੰ ਅਸੀਂ ਕੀ ਕਰ ਸਕਦੇ ਹਾਂ। ਅਸੀਂ ਉਹ 'ਚ ਲਿਖਿਆ ਹੈ ਪੰਜਾਬ ਗਵਰਨਮੈਂਟ ਇੰਪਲਾਈਜ਼ ਕੰਡਕਟ ਐਕਟ ਦੀ ਸੈਕਸ਼ਨ 19 ਰੂਲ 19 ਦੇ ਤਹਿਤ ਅਗਰ ਸਾਨੂੰ ਕਿਸੇ ਨੇ ਗਾਲਾਂ ਕੱਢੀਆਂ ਟੈਲੀਫੋਨ 'ਤੇ, ਅਸੀਂ ਆਪਣੇ ਜਿਹੜਾ ਡਿਪਾਰਟਮੈਂਟ ਹੈ ਉਸ ਨੂੰ ਦਰਖਾਸਤ ਦੇਵਾਂਗੇ ਕਿ ਮੈਨੂੰ ਇਸ ਤਰ੍ਹਾਂ ਹੋਈ ਆ, ਮੈਨੂੰ ਇਹਦੇ ਖਿਲਾਫ਼ ਡੈਫਾਮੇਸ਼ਨ ਕੇਸ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ। ਅਗਰ ਉਹ ਪਰਮਿਸ਼ਨ ਦਿੰਦਾ ਤਾਂ ਤੁਸੀਂ ਉਹਦੇ ਖਿਲਾਫ਼ ਡੈਫਾਮੇਸ਼ਨ ਦਾ ਕੇਸ ਕਰ ਸਕਦੇ, ਅਦਰਵਾਈਜ਼ ਨਹੀਂ ਕਰ ਸਕਦੇ। ਤਾਂ ਇਸ ਬੰਦੇ ਨੇ ਇਹ ਸਿਰਫ ਆਪਣੀ ਵਾਹ ਵਾਹ ਖੱਟਣ ਵਾਸਤੇ ਤਾਂ ਮਾਨ ਜੋਗਿੰਦਰ ਸਿੰਘ ਮਾਨ ਨੂੰ ਨੀਵਾਂ ਦਿਖਾਉਣ ਲਈ ਲੋਕਾਂ ਦੇ ਅਕਸ ਦੇ ਇਹਦੀਆਂ ਨਜ਼ਰਾਂ ਦੇ ਵਿੱਚ ਇਹਦਾ ਅਕਸ ਗਿਰ ਜਾਵੇ, ਕਿਉਂਕਿ ਬੀਇੰਗ SC ਇਹਨੇ ਸਮਝਦਾ ਹੈ ਵੀ SC ਆ, ਉਹਨੂੰ ਬੀਇੰਗ SC ਨੀਵਾਂ ਦਿਖਾਉਣ ਲਈ ਉਹਦੇ ਅਕਸ ਨੂੰ ਗਰਾਉਣ ਦੇ ਲਈ ਆਪਣੀ ਵਾਹ ਵਾਹ ਖੱਟਣ ਦੇ ਲਈ ਇਹਨੇ ਵੀਡੀਓ ਨੂੰ ਵਾਇਰਲ ਕੀਤਾ। ਇੱਕ ਚੀਜ਼ ਹੋ ਰਿਹਾ, ਤੁਸੀਂ ਕਹਿੰਦੇ ਆਪਣੀ ਵਾਹ ਵਾਹ ਖੱਟਣ ਲਈ, ਕੀ ਆਪਣੀ ਵਾਹ ਵਾਹ ਖੱਟਣ ਲਈ ਉਕਸਾਇਆ ਜੋਗਿੰਦਰ ਸਿੰਘ ਮਾਨ ਨੂੰ ਕਿ ਗਾਲਾਂ ਕੱਢੋ, ਮੰਦਭਾਗੀ ਭਾਸ਼ਾ ਦਾ ਇਸਤੇਮਾਲ ਕਰੋ? ਜਦੋਂ ਕੁਛ ਬੰਦੇ ਇਹਦੇ ਕੋਲ ਵੀਡੀਓ ਕੋਲ ਗਏ, ਵੀਡੀਓ ਨੇ ਉਹਨਾਂ ਨੂੰ ਇਹ ਗੱਲ ਕਹਿਤੀ, ਉਹ ਕਹਿੰਦੇ ਜੀ ਮਾਨ ਸਾਹਿਬ ਨਾਲ ਗੱਲ ਕਰੋ, ਜੋ ਵੀਡੀਓ ਅਸੀਂ ਸੁਣ ਰਹੇ ਹਾਂ। ਉਹ ਕਹਿੰਦੇ ਆ ਵੀ ਕੌਣ ਮਾਨ, ਵੀ ਮੈਂ ਤਾਂ ਜਾਣਦਾ ਨਹੀਂ ਸਰ, 20 ਮਾਨ ਤੁਰੇ ਫਿਰਦੇ ਆ। ਉਹਨਾਂ ਲੋਕਾਂ ਨੇ ਜੋਗਿੰਦਰ ਸਿੰਘ ਮਾਨ ਨੂੰ ਇਹ ਗੱਲਾਂ ਦੇ ਨਾਲ ਦੋ ਗੱਲਾਂ ਲਾ ਕੇ ਹੋਰ ਵੀ ਹੋ ਸਕਦਾ ਦੱਸਤੀਆਂ ਹੋਣ। ਤੋ ਮਾਨ ਜਿਹੜਾ ਸਾਹਿਬ ਹੈ ਉਹ ਪ੍ਰਵੋਕੇਟ ਹੋ ਗਿਆ, ਗੁੱਸੇ 'ਚ ਆ ਗਿਆ, ਉਹਨਾਂ ਨੇ ਗੁੱਸੇ 'ਚ ਆ ਕੇ ਉਹਨੂੰ ਦੋ ਗਾਲਾਂ ਕੱਢਤੀਆਂ। ਗਾਲਾਂ ਕੱਢਣਾ ਉਹਨਾਂ ਦਾ ਜਾਇਜ਼ ਮੰਨਦੇ ਹੋ ਤੁਸੀਂ ਕਿ ਕੱਢਣੀਆਂ ਚਾਹੀਦੀਆਂ ਇੱਦਾਂ ਸਰਕਾਰੀ ਅਫਸਰ? ਮੈਂ ਜੋ ਇਹ ਗੱਲ ਪਹਿਲਾਂ ਕਹਿਤਾ ਕਿ ਗਾਲਾਂ ਕੱਢਣਾ ਗਲਤ ਹੈ, ਗਲਤ ਕੀਤਾ, ਪਰ ਉਹਦਾ ਵੇ ਆਊਟ ਕੀ ਆ, ਉਹਦਾ ਮੈਂ ਵੇ ਲੱਭ ਰਿਹਾ ਕਿ ਲੀਗਲ ਪ੍ਰੋਸੈਸ। ਮੈਂ ਕਹਿੰਦਾ ਪਹਿਲਾਂ ਹੀ ਮੰਨ ਗਿਆ ਮੈਂ ਕਿ ਗਾਲਾਂ ਕੱਢੀਆਂ, ਲੇਕਿਨ ਗਾਲਾਂ ਕੱਢੀਆਂ ਉਹਦਾ ਮੈਨੂੰ ਕਾਨੂੰਨੀ ਅਧਿਕਾਰ ਕੀ ਆ, ਮੈਨੂੰ ਕਾਨੂੰਨੀ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਆ। ਮੈਂ ਸਮਝਦਾ ਕਿ ਜੇ ਮਾਨ ਸਾਹਿਬ ਨੇ ਗਾਲਾਂ ਕੱਢੀਆਂ ਉਹਨਾਂ ਦੇ ਖਿਲਾਫ਼ ਜੋ ਕਾਨੂੰਨੀ ਐਕਸ਼ਨ ਬਣਦਾ ਕਰੋ ਜੀ, ਲੇਕਿਨ ਜੋ ਵੀਡੀਓ ਨੇ ਉਸ ਨੂੰ ਇਹ ਕਹਿ ਕੇ ਕਿ ਉਹ ਦਲਿਤ ਹੈ ਉਹਨੂੰ ਨੀਵਾਂ ਦਿਖਾਉਣ ਲਈ ਆਪਣੀ ਵਾਹ ਵਾਹ ਖੱਟਣ, ਵਾਹ ਵਾਹ ਨੂੰ ਇਸ ਕਰਕੇ ਖੱਟੀ ਆ ਵੀਡੀਓ ਵਾਇਰਲ ਤਾਂ ਹੀ ਕੀਤੀ ਹੈ ਨਾ ਕਿ ਉਹਨੂੰ ਪਤਾ ਲੱਗੇ ਜੋਗਿੰਦਰ ਮਾਨ ਨੂੰ ਮੈਂ ਤਾਂ ਭਜਾਤਾ, ਤੁਸੀਂ ਕੀ ਕਿਹੜੇ ਪਾਣੀ ਹਾਰੇ। ਉਹਦੇ ਖਿਲਾਫ਼ ਕਾਰਵਾਈ ਹੋ ਜਾਣੀ ਚਾਹੀਦੀ ਹੈ ਜੋ ਜੋਗਿੰਦਰ ਸਿੰਘ ਮਾਨ ਨੇ ਕੀਤਾ ਉਹ ਜੋਗਿੰਦਰ ਸਿੰਘ ਮਾਨ ਦੇ ਖਿਲਾਫ਼। ਤੁਸੀਂ ਕਹਿੰਦੇ ਇੱਕ ਦਲਿਤ ਹੋਣ ਦੇ ਨਾਤੇ ਉਹਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ, ਕੀ ਜਦੋਂ ਦਵਿੰਦਰ ਘੁਬਾਏ ਦੀ ਆਡੀਓ ਵਾਇਰਲ ਹੋਈ ਸੀ ਇੱਕ ਪੁਲਿਸ ਅਫਸਰ ਨੂੰ, ਲੇਡੀ ਪੁਲਿਸ ਅਫਸਰ ਨੂੰ ਉਹਨੇ ਧਮਕਾਇਆ ਸੀਗਾ ਫੋਨ ਦੇ ਉੱਤੇ, ਉਦੋਂ ਵੀ ਆਡੀਓ ਵਾਇਰਲ ਹੋਈ ਸੀ ਕਿ ਉੱਥੇ ਵੀ ਦਲਿਤ ਦਾ ਮਸਲਾ ਸੀਗਾ? ਇਹ ਭਾਰਤ ਭੂਸ਼ਣ ਆਸ਼ੂ ਦੇ ਨਾਲ ਇੱਕ ਆਡੀਓ ਵੀਡੀਓ ਵਾਇਰਲ ਹੋਈ ਸੀਗੀ, DSP ਸੀਗਾ ਉਹਦੀ ਵੀ ਆਡੀਓ ਵਾਇਰਲ ਹੋਈ ਸੀਗੀ ਕਿ ਉੱਥੇ ਵੀ ਇੱਦਾਂ ਦਾ SC ਦਾ ਮਸਲਾ ਸੀਗਾ। ਪੱਟੀ ਦਾ ਵਿਧਾਇਕ ਹੈ ਹਰਮਿੰਦਰ ਗਿੱਲ, ਉਹਨੇ ਵੀ ਇਸੇ ਤਰੀਕੇ ਨਾਲ ਇੱਕ SHO ਨੂੰ ਆਡੀਓ ਕੀਤੀ ਸੀ, ਧਮਕਾਇਆ ਸੀ, ਕੁਝ ਮੰਦਭਾਜੀ ਸ਼ਬਦਾਵਲੀ ਦਾ ਇਸਤੇਮਾਲ ਕਰਤਾ ਸੀਗਾ, ਉੱਥੇ ਵੀ SC ਦਾ ਮਸਲਾ ਸੀ, ਕਿ ਇਹ ਸਾਰਾ ਕੁਝ ਇਸੇ ਤਰੀਕੇ ਨਾਲ ਚੱਲਿਆ? ਬਿਲਕੁਲ ਠੀਕ, ਦੇਖੋ ਜੋ ਤੁਸੀਂ ਸਵਾਲ ਕੀਤਾ ਬਿਲਕੁਲ ਠੀਕ ਹੈ, ਉਹਦਾ ਜਵਾਬ ਵੀ ਮੈਂ ਮਕੂਲ ਦਊਂਗਾ ਕਿ ਜਿਹੜਾ ਬਲਵਿੰਦਰ ਸਿੰਘ ਸ਼ੇਖੋਂ ਲੁਧਿਆਣੇ ਵਾਲਾ ਆਸ਼ੂਤੋਸ਼ ਦੇ ਨਾਲ ਜੋ ਗੱਲਬਾਤ ਹੋਈ ਸੀਗੀ ਜੀ, ਉਹ ਜਦੋਂ ਅੱਤਵਾਦ ਦਾ ਜ਼ਮਾਨਾ ਸੀ ਉਸ ਵੇਲੇ ਦੀ ਗੱਲ ਚੱਲੀ ਆਉਂਦੀ ਸੀ, ਉਸ ਨੇ ਵੀਡੀਓ ਵਾਇਰਲ ਕੀਤੀ ਆ, ਉਹ ਵੀ ਇਸੇ ਵਿੱਚ ਆਉਂਦੀ ਆ ਕਿ ਵੀਡੀਓ ਵਾਇਰਲ ਹੋ ਕੇ ਨਹੀਂ ਕਰਨੀ ਚਾਹੀਦੀ ਸੀ। ਹੁਣ ਉਹਨਾਂ ਦਾ ਵਿਵਾਦ ਇੰਨਾ ਵੱਧ ਗਿਆ, ਉੱਥੇ ਉੱਥੇ SC ਦਾ ਦੂਜੇ ਜਨਰਲ ਦਾ ਕੋਈ ਰੌਲਾ ਨਹੀਂ ਹੈਗਾ, ਦੋਵੇਂ ਹੀ ਉਹ ਜਨਰਲ ਸੀਗੇ, ਉੱਥੇ ਇਹਦਾ ਕੋਈ ਰੌਲਾ ਨਹੀਂ ਸੀ। ਉਹ ਜਿਹੜਾ ਸੀਗਾ ਉਹਨੂੰ ਸਜ਼ਾ ਜਿਹੜੀ ਆ ਉਹ ਜਿਹੜੀ ਬਣਦੀ ਸੀ ਉਹਨਾਂ ਨੇ ਜੋ ਬਣਦੀ ਸੀ ਉਹ ਦੇ ਦਿੱਤੀ ਆ, ਉਹਨੂੰ ਮੇਰਾ ਖਿਆਲ ਹੈ ਡਿਸਮਿਸ ਕਰਤਾ। ਜਿਹੜਾ SHO ਸੀਗਾ ਉਹਨੂੰ ਉੱਥੇ ਜਨਰਲ ਅਤੇ SC ਦਾ ਰੌਲਾ ਨਹੀਂ ਸੀਗਾ, ਉਹਨੂੰ ਉੱਥੇ ਇਹ ਨਹੀਂ ਗੱਲ ਕਹੀ ਵੀ 20 ਤੁਰੇ ਫਿਰਦੇ ਇੱਥੇ, ਮੈਂ ਕਿਸਾਨ ਦਾ, ਕਿਉਂਕਿ ਉਹ ਗਏ ਨੂੰ ਜੁਆਇਨ ਕੀਤਾ ਸੀ ਅੱਜ, ਉਹਨੇ ਅੱਜ ਹੀ ਜੁਆਇਨ ਕੀਤਾ, ਉਹਨੂੰ ਪਤਾ ਹੀ ਨਹੀਂ ਅਜੇ ਉੱਥੇ ਦਾ MLA ਕੌਣ ਹੈ, ਕਿਉਂਕਿ ਉਹਨੂੰ ਲਾਇਆ ਸੀ SSP ਨੇ, ਉਹਨੂੰ ਅਜੇ ਤੱਕ ਪਤਾ ਨਹੀਂ ਸੀ, ਉਹਨੂੰ ਮਿਲਣ ਜਾਣਾ ਸੀ ਉਹਨੂੰ। ਇਹ ਹੀ ਗੱਲ ਇੱਥੇ ਵੀ ਤਾਂ ਸੀਗੀ, ਉਹ ਵੀ ਤਾਂ ਹਾਲੇ ਛੇਤੀ ਹੁਣੇ ਅਪੁਆਇੰਟ ਹੋਏ ਸੀਗੇ, ਆਡੀਓ ਬਾਅਦ 'ਚ ਵਾਇਰਲ ਹੁੰਦੀ ਹੈ। ਮੈਂ ਦੱਸਦਾ ਇਹ 8 ਦਿਨ ਮੇਰਾ ਖਿਆਲ ਪੋਸਟਿੰਗ ਹੋਈ ਨੂੰ ਹੋਇਆ, ਸ਼ਾਇਦ ਜੋ ਸੁਣਨ 'ਚ ਆਇਆ ਮੇਰੇ, 8 ਦਿਨ ਪੋਸਟਿੰਗ ਹੋਈ ਨੂੰ ਹੋਇਆ। ਜੋਗਿੰਦਰ ਸਿੰਘ ਮਾਨ ਦੀ ਵਰਸ਼ਨ ਹੈ, ਮੈਨੂੰ ਕੋਈ ਗੋਡ ਨੋਜ਼ ਇਸ ਆ ਜਾ ਕਿ ਇਸ ਤੋਂ ਪਹਿਲਾਂ ਵੀ ਮੇਰੀ ਟੈਲੀਫੋਨ 'ਤੇ ਗੱਲ ਹੋਈ ਹੈ। ਦੂਜੀ ਗੱਲ SHO ਦੀ ਗੱਲ ਕਰਨੀ, ਹੋਰ ਚੀਜ਼ ਆ ਜਿਹੜਾ ਨਵਾਂ ਆਇਆ, ਇਹ ਵੀਡੀਓ 10 ਥਾਂ 'ਤੇ ਰਹਿ ਚੁੱਕਾ। ਜੋਗਿੰਦਰ ਸਿੰਘ ਮਾਨ ਮੇਰਾ ਖਿਆਲ ਹੈ ਵੀ ਅਸੀਂ
ਉਦੋਂ ਅਜੇ ਇਸ ਮਹਿਕਮੇ ਦੇ ਵਿੱਚ ਥੋੜ੍ਹੇ ਦੋ ਤਿੰਨ ਸਾਲ ਹੀ ਸਰਵਿਸ ਕੀਤੀ ਤਾਂ ਜਗਿੰਦਰ ਉਦੋਂ ਦਾ ਜਗਿੰਦਰ ਸਿੰਘ ਮਾਨ ਦਾ ਨਾਂ ਸੁਣਦੇ ਹਾਂ ਅਸੀਂ ਤਾਂ ਜਗਿੰਦਰ ਸਿੰਘ ਮਾਨ ਨੂੰ ਕਿਹੜਾ ਨਹੀਂ ਜਾਣਦਾ ਸੀ ਤਾਂ ਜੇ ਜਾਣਦਾ ਵੀ ਸੀ ਮੰਨ ਲਓ ਜੇ ਮੈਂ ਇੱਕ ਗਰੀਬ ਬੰਦਾ ਕਿਸੇ ਕੋਲ ਚਲੇ ਗਿਆ ਤਾਂ ਮੈਂ ਕਹਾਂ ਉਹਦੇ ਵਰਗੇ ਵੀ ਤੁਰਖਾ ਨੋ ਮੈਂ ਪਬਲਿਕ ਸਰਵੈਂਟ ਹਾਂ ਪਬਲਿਕ ਦੀ ਕੁਰਸੀ 'ਤੇ ਬੈਠਾ ਮੇਰੇ ਕੋਲ ਹਰੇਕ ਆਦਮੀ ਮੈਂ ਸੁਣਨਾ ਦੱਸੋ ਜੀ ਕੀ ਗੱਲ ਹੈ ਬਿਲਕੁਲ ਇਹਨਾਂ ਦੀ ਵੀ ਪਬਲਿਕ ਸਰਵੈਂਟ ਹੋਣ ਦੇ ਨਾਤੇ ਜ਼ਿੰਮੇਵਾਰੀ ਬਣਦੀ ਹੈ ਅਤੇ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਲੀਡਰ ਹੈ ਨਾ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਭਾਵੇਂ ਐਸਸੀ ਹੈ ਅਤੇ ਭਾਵੇਂ ਜਨਰਲ ਲੀਡਰ ਆ ਉਹਨੂੰ ਵੀ ਪਬਲਿਕ ਸਰਵੈਂਟ ਬਣ ਕੇ ਹੀ ਰਹਿਣਾ ਚਾਹੀਦਾ ਲੋਕਾਂ ਦਾ ਸੇਵਾਦਾਰ ਬਣ ਕੇ ਰਹਿਣਾ ਚਾਹੀਦਾ ਹੁਣ ਨੁਕਤਾ ਇਹ ਹੈ ਕਿ ਤੁਸੀਂ ਜੋਗਿੰਦਰ ਸਿੰਘ ਮਾਨ ਹੋਰਾਂ ਦਾ ਪੱਖ ਇਸ ਕਰਕੇ ਪੂਰ ਰਹੇ ਹੋ ਕਿ ਉਹ ਐਸਸੀ ਹੈ ਜਾਂ ਇਸ ਕਰਕੇ ਪੂਰ ਰਹੇ ਹੋ ਕਿ ਸੁਖਦੇਵ ਸਿੰਘ ਨੇ ਇੰਨਾ ਕੁਝ ਕੀਤਾ ਹੋਇਆ ਉਹਨੂੰ ਹੱਕ ਨਹੀਂ ਬਣਦਾ ਕਿ ਇੱਦਾਂ ਦੀਆਂ ਗੱਲਾਂ ਲੀਡਰਾਂ ਨਾਲ ਕਰੇ ਦੇਖੋ ਮੈਂ ਜੋਗਿੰਦਰ ਸਿੰਘ ਮਾਨ ਦੀ ਨਾ ਪਾਰਟੀ ਦਾ ਬੰਦਾ ਨਾ ਜੋਗਿੰਦਰ ਸਿੰਘ ਮਾਨ ਨਾਲ ਮੈਂ ਆਪਣੀ 42 ਸਾਲ ਸਰਵਿਸ ਕੀਤੀ ਜਲੰਧਰ 'ਚ ਨਾ ਜੋਗਿੰਦਰ ਸਿੰਘ ਮਾਨ ਨਾਲ ਮੈਂ ਸਰਵਿਸ ਕੀਤੀ ਆ ਨਾ ਮੈਂ ਉਹਦੇ ਹਲਕੇ 'ਚ ਪੋਸਟਡ ਰਿਹਾ ਨਾ ਮੇਰਾ ਉਹਦਾ ਕੋਈ ਲਿੰਕ ਹੈ ਨਾ ਮੈਂ ਅੱਜ ਤੱਕ ਕਦੀ ਉਹਦੇ ਨਾਲ ਮੇਰੀ ਗੱਲ ਹੋਈ ਹੈ ਮੇਰਾ ਇਸ ਗੱਲ ਦਾ ਮਤਲਬ ਨਹੀਂ ਮੇਰਾ ਮਤਲਬ ਹੈ ਕਿ ਮੈਂ ਲੋਕ ਹਿੱਤ ਦੇ ਵਿੱਚ ਜਿਹੜੀ ਲੋਕਾਂ ਨਾਲ ਜੁੜਿਆ ਹੋਇਆ ਮੈਂ ਤਾਂ ਉਸ ਨੂੰ ਉਹਦੀ ਆਵਾਜ਼ ਬੁਲੰਦ ਕਰਨ ਵਾਸਤੇ ਆਇਆ ਬਾਕੀ ਜੋ ਇਹਨੇ ਕੀਤਾ ਮੈਂ ਤਾਂ ਕਹਿੰਦਾ ਜੋ ਲੀਗਲੀ ਪ੍ਰੋਸੈਸ ਬਣਦਾ ਇਹਦੇ ਖਿਲਾਫ ਵੀ ਹੋ ਜਾਣਾ ਚਾਹੀਦਾ ਜੋ ਲੀਗਲੀ ਪ੍ਰੋਸੈਸ ਬਣਦਾ ਉਹਦੇ ਖਿਲਾਫ ਵੀ ਹੋ ਜਾਣਾ ਤੁਸੀਂ ਵੀ ਕਾਨੂੰਨੀ ਲੜਾਈ ਲੜੋਗੇ ਹੁਣ ਇਸ ਸਭ ਦੇ ਵਿੱਚ ਨਹੀਂ ਇਸ ਸੰਬੰਧ ਦੇ ਵਿੱਚ ਮੈਂ ਕਾਨੂੰਨੀ ਲੜਾਈ ਨਹੀਂ ਮੈਂ ਆਪਣਾ ਸਿਰਫ ਇਹ ਦੱਸਣ ਆਇਆ ਇਹਦਾ ਪਿਛੋਕੜ ਕੀ ਆ ਕਿਉਂਕਿ ਮੈਂ ਇਸ ਦੇ ਵਿੱਚ ਕੋਈ ਪਾਰਟੀ ਨਹੀਂ ਹੈ ਮੈਂ ਤਾਂ ਆਡੀਓ ਜੇ ਵਾਇਰਲ ਹੋਈ ਆ ਤਾਂ ਮੈਂ ਦੱਸਣ ਆਇਆ ਵੀ ਨਹੀਂ ਇਹ ਤਾਂ ਮਤਲਬ ਇੱਦਾਂ ਠੀਕ ਨਹੀਂ ਕਰਦਾ ਇਹ ਤਾਂ ਬਹੁਤ ਲੋਕਾਂ ਦੇ ਨਾਲ ਧੱਕੇ ਕਰ ਰਿਹਾ ਇੱਦਾਂ ਦਾ ਇਹਦਾ ਰਵੱਈਆ ਇਹ ਆ ਇਹ ਹੈਂਕੜਬਾਜ਼ ਬਹੁਤ ਹੈ ਇਹ ਡਰਾਉਂਦਾ ਆ ਸਾਰਿਆਂ ਗਵਾਹਾਂ ਨੂੰ ਕਿ ਪੰਚਾਇਤ ਸੈਕਟਰੀਆਂ ਨੂੰ ਕਿ ਈਵਨ ਇਸ ਕੇਸ ਦੇ ਵਿੱਚ ਜਿਹੜੇ ਗਵਾਹ ਸੀ ਉਹਨਾਂ ਦੇ ਉਹਨਾਂ ਨੂੰ ਇੰਨਾ ਪ੍ਰੈਸ਼ਰ ਪਾਤਾ ਉਹਨਾਂ ਦੇ ਕਿ ਉਹਨਾਂ ਨੇ ਲਿਖ ਕੇ ਦਿੱਤਾ ਵੀ ਸਾਨੂੰ ਦੇਖੋ ਸਾਨੂੰ ਕਹਿੰਦੇ ਆ ਤੁਸੀਂ ਮੁਕਰ ਜਾਓ ਸੋ ਇਹ ਇਸ ਵਿਵਾਦ ਦੇ ਬਹੁਤ ਸਾਰੇ ਨੁਕਤੇ ਨਿਕਲ ਕੇ ਸਾਹਮਣੇ ਆ ਰਹੇ ਇਹ ਹੁਣ ਇਕੱਲਾ ਆਡੀਓ ਕਲਿੱਪ ਤੱਕ ਗੱਲ ਨਹੀਂ ਰਹੀ ਬਲਕਿ ਅੱਗੇ ਪਿੱਛੇ ਦੀਆਂ ਕਈ ਘਟਨਾਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਈ ਲੋਕ ਨਿਕਲ ਕੇ ਸਾਹਮਣੇ ਆ ਰਹੇ ਆ ਕੋਈ ਜੋਗਿੰਦਰ ਸਿੰਘ ਮਾਨ ਦੇ ਪੱਖ 'ਚ ਖੜਾ ਨਜ਼ਰ ਆਉਂਦਾ ਅਤੇ ਕਿਤੇ ਸੁਖਦੇਵ ਸਿੰਘ ਹੋਰੀ ਆਪਣਾ ਪੱਖ ਜਿਹੜਾ ਉਹ ਰੱਖਦੇ ਨਜ਼ਰ ਆ ਰਹੇ ਨੇ ਇਹਨਾਂ ਲੋਕਾਂ ਦੇ ਕਹਿਣ ਮੁਤਾਬਕ ਵੀਡੀਓ ਦੇ ਉੱਤੇ ਬਹੁਤ ਸਾਰੇ ਭ੍ਰਿਸ਼ਟਾਚਾਰ ਦੇ ਆਰੋਪ ਨੇ ਔਰ ਉਹਦਾ ਸੁਭਾਅ ਵੀ ਹੈਂਕੜ ਵਾਲਾ ਆ ਪਰ ਜੋ ਮਰਜ਼ੀ ਹੈ ਸੁਭਾਅ ਜਿਸ ਤਰੀਕੇ ਦਾ ਮਰਜ਼ੀ ਹੋਵੇ ਕੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਡੇ ਨੁਮਾਇੰਦਿਆਂ ਨੂੰ ਇਸ ਗੱਲ ਦਾ ਅਧਿਕਾਰ ਦੇ ਦਿੰਦੀਆਂ ਨੇ ਕਿ ਉਹ ਗਾਲੀ ਗਲੋਚ ਦੀ ਭਾਸ਼ਾ ਦਾ ਇਸਤੇਮਾਲ ਕਰਨ ਕਿਉਂਕਿ ਸੱਤਾ ਦੇ ਵਿੱਚ ਬੈਠੀ ਧਿਰ ਦੇ ਉੱਤੇ ਜਦੋਂ ਇਦਾਂ ਦੇ ਇਲਜ਼ਾਮ ਲੱਗਦੇ ਨੇ ਜਾਂ ਸੱਤਾ ਨਾਲ ਜੁੜੇ ਹੋਏ ਲੋਕ ਜਦੋਂ ਇਹੋ ਕੁਝ ਕਰਦੇ ਨੇ ਤਾਂ ਫਿਰ ਪ੍ਰਸ਼ਨ ਚਿੰਨ੍ਹ ਜ਼ਿਆਦਾ ਲੱਗਦੇ ਨੇ ਅਤੇ ਇਹ ਕੋਈ ਪਹਿਲਾ ਮਾਮਲਾ ਵੀ ਨਹੀਂ ਹੈ ਇਸ ਤੋਂ ਪਹਿਲਾਂ ਭਾਰਤ ਭੂਸ਼ਣ ਆਸ਼ੂ ਅਤੇ ਸੇਖੋਂ ਦਰਮਿਆਨ ਮਾਮਲਾ ਦਵਿੰਦਰ ਸਿੰਘ ਘੁਬਾਇਆ ਅਤੇ ਲੇਡੀ ਪੁਲਿਸ ਅਫਸਰ ਦੇ ਵਿਚਕਾਰ ਦਾ ਮਾਮਲਾ ਜਾਂ ਫਿਰ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਨਵੇਂ ਪੁਲਿਸ ਅਫਸਰ ਦੀ ਤੈਨਾਤੀ ਦਾ ਮਾਮਲਾ ਜਿਹੜਾ ਸੀਗਾ ਉਹ ਸੁਰਖੀਆਂ ਦਾ ਹਿੱਸਾ ਬਣ ਚੁੱਕੇ ਨੇ ਇਸੇ ਕਰਕੇ ਜੋਗਿੰਦਰ ਸਿੰਘ ਮਾਨ ਵੱਲੋਂ ਵੀ ਕੀਤਾ ਗਿਆ ਇਹ ਸਾਰਾ ਕੁਝ ਨਿੰਦਣਯੋਗ ਹੈ ਪਰ ਜੇ ਵੀਡੀਓ ਕਰਪਟ ਹੈ ਜੇ ਵੀਡੀਓ ਦੇ ਉੱਤੇ ਭ੍ਰਿਸ਼ਟਾਚਾਰ ਦੇ ਆਰੋਪ ਨੇ ਤਾਂ ਉਹਨਾਂ ਆਰੋਪਾਂ ਦੇ ਉੱਤੇ ਕਾਰਵਾਈ ਕਿਹਨੇ ਕਰਨੀ ਆ ਉਹ ਵੀ ਕਾਂਗਰਸ ਦੀ ਸਰਕਾਰ ਨੇ ਕਰਨੀ ਆ ਸੱਤਾ ਦੇ ਵਿੱਚ ਬੈਠੇ ਲੋਕਾਂ ਨੇ ਕਰਨੀ ਆ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ ਕਿਉਂ ਨਹੀਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕੱਢ ਕੇ ਸਾਹਮਣੇ ਰੱਖਿਆ ਜਾਂਦਾ ਇੱਥੇ ਵੀ ਪ੍ਰਸ਼ਨ ਚਿੰਨ੍ਹ ਜਿਹੜਾ ਆ ਉਹ ਸਰਕਾਰ ਦੇ ਉੱਤੇ ਹੀ ਲੱਗਦਾ ਆ ਤੈਅ ਹੁਣ ਤੁਸੀਂ ਕਰਨਾ ਆ ਗਲਤ ਕੌਣ ਸਹੀ ਕੌਣ ਤੈਅ ਤੁਸੀਂ ਕਰਨਾ ਆ ਕਿ ਕੀ ਜੇ ਇੱਕ ਅਫਸਰ ਜਿਹਦੇ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਨੇ ਉਹਦੇ ਉੱਤੇ ਕਾਰਵਾਈ ਕਰਨ ਦੀ ਬਜਾਏ ਸਿਰਫ ਇਸੇ ਤਰੀਕੇ ਦੀ ਗਾਲੀ ਗਲੋਚ ਕਰਨੀ ਆ ਕੀ ਇਹਨੂੰ ਜਾਇਜ਼ ਮੰਨਿਆ ਜਾਏਗਾ ਸਵਾਲ ਹੁਣ ਇਹ ਵੀ ਉੱਠਣਗੇ ਕਿ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਰੋਪ ਵੀਡੀਓ ਦੇ ਉੱਤੇ ਲੱਗ ਰਹੇ ਨੇ ਉਹਨਾਂ ਦੀ ਕਾਂਗਰਸ ਦੀ ਸਰਕਾਰ ਵੱਲੋਂ ਜਾਂਚ ਕਰਵਾਈ ਜਾਏਗੀ ਕੋਈ ਕਾਰਵਾਈ ਕੀਤੀ ਜਾਏਗੀ ਜਾਂ ਫਿਰ ਜੇ ਉਹ ਭ੍ਰਿਸ਼ਟਾਚਾਰ ਦੇ ਆਰੋਪ ਝੂਠੇ ਨੇ ਤਾਂ ਸੁਰਖਰੂ ਕਰਕੇ ਵੀਡੀਓ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਜਾਏਗਾ ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ ਟੀਵੀ ਪੰਜਾਬ ਫਗਵਾੜਾ ਸਤਿ ਸ਼੍ਰੀ ਅਕਾਲ ਜੀ ਮੈਂ ਨਿਰਮਲ ਮਾਨ ਕੂੜਾ ਟੈਕਸ ਸੈਟਲਮੈਂਟ ਤੋਂ ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ ਸਤਿ ਸ਼੍ਰੀ ਅਕਾਲ